अस्सलाम वालेकुम, हाय व्यूअर, वेलकम टू माय चैनल। तो किवें हो व्यूअर, ठीक ठाक हो? सो तो इस टाइम मैं मौजूद हाँ 52D दे विच। ए 52D तुसीं वेखदे पए जे, ए नवीं सड़क बनती पई है, पहले टुट्टी फुट्टी हुई आई सारी, किसे हाल ही नहीं आंदा। ये हाल आ के तो स्कूटर लगदी है तो पंचर हो जाती है। तो लेकिन हुण तुसीं वेख सकदे ने जग तो क्या रोड बन रहा है, तो कारपेट रोड बन रहा है। ਤੁਸੀਂ ਕਹਿੰਦੇ ਸੀ ਕਿ ਮਰੀਅਮ ਨਵਾਜ਼ ਕੰਮ ਨਹੀਂ ਕਰਵਾਉਂਦੀ, ਆਹ ਵੇਖੋ ਤੁਸੀਂ ਹੁਣ ਦੱਸੋ ਮਰੀਅਮ ਨਵਾਜ਼ ਕੰਮ ਕਰਾਉਂਦੀ ਵੀ ਕਿ ਕੋਈ ਨਹੀਂ। ਐ ਉਹ ਪੱਕੀ ਦਾ ਟੁੱਟਾ ਹੈ ਜਿਹੜਾ ਸਦਾ ਬਾਹਰ ਟੁੱਟਿਆ ਰਹਿੰਦਾ, ਅਤੇ ਹੁਣ ਜਿਹੜਾ ਇਹਦੇ 'ਤੇ ਕੰਮ ਜਿਹੜਾ ਉਹ ਹੋਣਾ ਸਟਾਰਟ ਹੋ ਗਿਆ। ਅਤੇ ਆਹ ਲੁੱਕ ਹੈ ਜਿਹੜੀ ਤੁਸੀਂ ਵੇਖਦੇ ਪਹਿਲਾਂ ਜਿਹੜੇ ਪੱਕੀ ਦੇ ਉੱਤੇ ਬਣੀ ਹੈ, ਅਤੇ ਹੁਣ ਅਸੀਂ ਪਿੰਡ 'ਚੋਂ ਬਾਹਰ ਨਿਕਲ ਆਇਆ। ਅਤੇ दरबार ते ना हर साल इत्थे मेला लगता है, तो मेला बाबा जी की लगता है कि चार दिन पहले ही बंगूड़े लग जाते हैं। तो बंगूड़े इन दिन लगते हैं कि सारा पिंड बंगूड़े वास्ते पैसा कमाता है। वो गल ही हुई है कि वह असी रोड लगे हैं, तो साडा जिहड़ा स्कूटर पेंचर हो गया, तो हुण असी हुण टोर ते जांदे पए आ, हुण अगा पता करांगे आ कि तो पेंचर लाउण वाला है भी कि कोई नहीं। This is Asad Iqbal। ਅਸੀਂ ਇੱਥੇ ਦਾਵਤ 'ਤੇ ਆਇਆ ਸੀ, ਭਾਈ ਹੋਰੀ ਉਮਰੇ 'ਤੇ ਜਾਂਦੇ ਪਿਆਰ ਤੋਂ, ਉਹਨਾਂ ਦਾਵਤ ਦਿੱਤੀ ਆ ਕਿ ਆਹ 'ਤੇ ਰੋਟੀ ਖਾ ਲਿਆ। ਚੰਗਾ ਲੈਂਟਰ ਕੀਤਾ, ਰੋਟੀ ਦਾ ਅਸੀਂ ਚੰਗਾ ਹੀ ਰਾਜ 'ਤੇ ਲੈਂਟਰ ਕੀਤਾ, ਓਕੇ ਕੀਤਾ, ਅਤੇ ਓਕੇ ਕਰ, ਅਤੇ ਹੁਣ ਅਸੀਂ ਨਿਕਲੇ ਹੀ ਹਾਂ। ਤਾਂ ਤੁਹਾਨੂੰ ਦੱਸਿਆ ਰੋਡ ਦੇ ਬਾਰੇ, ਉਹ ਰੋਡ 'ਤੇ ਨਿਕਲੇ ਹੀ ਹਾਂ ਅਤੇ ਸਾਡਾ ਸਕੂਟਰ ਪੈਂਚਰ ਹੋ ਗਿਆ। ਜਿਹੜਾ ਇਨਸਾਨ ਸੋਚਦਾ ਉਹ ਹੋ ਜਾਂਦਾ ਵੇ, ਜਿਹੜਾ ਸੋਚਣਾ ਉਹ ਗੱਲ ਹੁੰਦੀ, ਉਹ ਅੱਗੋਂ ਹੀ ਆਈ ਪਈ ਹੁੰਦੀ ਹੈ। ਤਾਂ ਹੁਣ ਅਸੀਂ ਆ ਟੋਰ 'ਤੇ ਜਾਂਦੇ ਪਏ ਹਾਂ, ਅੱਲਾ ਕਰੇ ਤਾਂ ਉੱਥੋਂ ਪੈਂਚਰ ਲਾਉਣ ਵਾਲਾ ਕੋਈ ਵਿਹਲੀ ਹੋਵੇ ਮੋੜ, ਕਿਉਂਕਿ ਹੁਣ ਸ਼ਾਮ ਹੀ ਹੋਈ, ਖਾਲੀ ਤੁਸੀਂ ਵੇਖਦੇ ਪਏ ਨਾ ਸੂਰਜ ਕਿੱਥੇ ਖੜਾ, ਅਤੇ ਸ਼ਾਮ ਹੋਣ ਵਾਲੀ ਹੈ। ਆਹ ਵੇਖਦੇ ਪਏ ਜਾ ਕੇ, ਤਾਂ ਤੁਹਾਨੂੰ ਦੱਸਿਆ ਨਾ ਕਿ ਤੁਹਾਡੀ ਸਕੂਟਰ ਪੈਂਚਰ ਹੋ ਗਈ ਆ, ਅਤੇ ਆਹ ਭਾਈ ਹੋਰੀ ਹੁਣ ਪੈਂਚਰ ਲਾਉਂਦੇ ਪਏ ਨੇ, ਅਤੇ ਵੇਖੀ ਹੁਣ ਕਿੰਨੇ ਪੈਂਚਰ ਨਿਕਲਦੇ ਹਨ। ਲੈ ਵੀ ਬੜਾ ਸੀ ਦਾਵਤ ਵਾਪਸ ਹਟਿਆ ਸੀ, ਅਤੇ ਅੱਗੇ ਵੇਖਿਆ ਗਿਆ ਬੜਾ ਆਦਮ ਖੜਾ ਸੀ, ਜਦੋਂ ਨੇੜੇ ਆਇਆ ਤਾਂ ਪਤਾ ਲੱਗਿਆ ਕਿ ਇੱਥੇ ਤਾਂ ਬੜਾ ਕਬੱਡੀ ਦਾ ਮੈਚ ਲੱਗਿਆ ਹੋਇਆ। ਲੈ ਕਿਆ ਬਾਤ ਹੈ ਮੈਨ, ਕੀ ਗੱਲ ਹੈ, ਬੜਾ ਜ਼ੋਰਦਾਰ ਕਬੱਡੀ ਦਾ ਮੈਚ। ਇਹ ਨਾਲ ਦਰਬਾਰ ਹੈ, ਉਹ ਇਹ ਜਿੰਨਾ ਆਪਾਂ ਨੂੰ ਪਨਾਹ ਦਿੱਤਿਆ। ਇਹਦੇ ਪਿੱਛੇ ਵੀ ਨਾ ਇੱਕ ਬੜੀ ਸਟੋਰੀ ਹੈ ਪੀਰ ਦੇ ਪਿੱਛੇ, ਉਹ ਤੁਹਾਨੂੰ ਮੈਂ ਬਾਅਦ 'ਚ ਦੱਸਾਂ ਅਗਲੇ ਵਲੋਗ ਵਿੱਚ। ਅਤੇ ਅਸੀਂ ਜਾਂਦੇ ਪਿਆ ਸੀ ਤਾਂ ਸਰ ਵੇਖਿਆ ਰਾਹ 'ਚ ਰਸ਼ ਬੜਾ ਹੈ, ਅਤੇ ਇੱਥੇ ਕਬੱਡੀ ਦਾ ਮੈਚ ਲੱਗਾ ਹੋਇਆ ਸੀ, ਤੁਸੀਂ ਵੇਖਦੇ ਬੜੀ ਆਦ ਮਾਰੇ। ਜੜਾ ਸਾਹ ਪਾਵਣ ਆ ਗਿਆ ਇੱਕ, ਮਰ ਗਿਆ ਜੇ ਇੱਥੇ ਆਇਆ ਸੀ ਤਾਂ ਦਿਲ ਕੀਤਾ ਕਿ ਚਲੋ ਯਾਰ ਜਲੇਬੀ ਖਾ ਲਈਏ, ਇੱਥੇ ਜਲੇਬੀ ਹੁਣ ਅਸਾਂ ਲੈ ਲਈਏ, ਅਤੇ ਲੈ ਤਾਂ ਹੁਣ ਅਸੀਂ ਖਾਣ ਲੱਗੇ, ਅਤੇ ਅਗਰ ਤੁਸੀਂ ਵੀ ਖਾਣੀ ਹੈ ਤਾਂ ਤੁਸੀਂ ਵੀ ਆ ਜਾਓ, ਤਾਜ਼ਾ ਤਾਜ਼ਾ ਜਲੇਬੀ ਆ ਗਈ।